ਜਿਮਸਾਬਾਦ ਦੇ ਬਾਹਰ ਇਹ ਨਾਲਾ ਹੈ, ਪਾਣੀ ਦੀ ਕੱਸੀ ਜਿਹਨੂੰ ਕਹਿ ਲਓ ਜਾਂ ਨਹਿਰ ਕਹਿ ਲਓ, ਇੱਥੋਂ ਮੈਂ ਅੰਦਰ ਜਿਮਸਾਬਾਦ ਅੰਦਰ ਮੁੜ ਕੇ ਗਿਆ। ਆਪਣਾ ਨਾਮ ਦੱਸੋ? ਸਹੀਦ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਅਹਿਮਦ ਬਾਖ। ਤੁਸੀਂ ਕਿੱਥੇ ਖੜੇ ਹੋ? ਸੁੱਕੇ ਜਮਸਾਬਾਦ, ਜਮਸਾਬਾਦ ਚੌਕ ਵਿੱਚ। ਚੌਕ ਹੈ ਜਿੱਥੇ ਸਕੂਲ ਹੁੰਦਾ ਸੀ? ਪ੍ਰਾਇਮਰੀ ਸਕੂਲ ਦੇ ਨਾਲ ਜੀ, ਜਿਹੜਾ ਮਤਲਬ ਪਾਕਿਸਤਾਨ ਬਣਨ ਤੋਂ ਪਹਿਲੇ ਜਿੱਥੇ ਸਕੂਲ ਹੁੰਦਾ ਪਹਿਲੇ? ਹਾਂ ਪਾਕਿਸਤਾਨ। ਹਾਂਜੀ ਹਾਂਜੀ। ਉਹ ਕਿਹੜੀ ਲੋਕੇਸ਼ਨ ਹੈ ਪਾਕਿਸਤਾਨ ਬਣਨ ਤੋਂ ਪਹਿਲੇ? ਆਪਣਾ ਕਾਰਨਰ ਵਿੱਚ, ਜਮਸਾਬਾਦ ਚੌਕ ਦੇ ਕਾਰਨਰ ਵਿੱਚ। ਅੱਛਾ, ਉਹ ਇਹ ਜਗ੍ਹਾ ਹੈ? ਇਹੀ ਜਗ੍ਹਾ ਜੀ। ਅੱਛਾ, ਸ਼ਾਇਦ ਵਾਲਦ ਸਾਹਿਬ ਨੂੰ ਜਾਣਦੇ ਹੋਣ ਸਾਰੇ। ਅਹਿਮਦ ਬਖਸ਼ ਨਾਮ। ਠੀਕ ਹੈ, ਅਹਿਮਦ ਬਖਸ਼। ਠੀਕ ਹੋ ਗਿਆ। ਸਕੂਲ ਦੀ ਪੁਰਾਣਾ ਹੈ ਜੀ, ਉਹ ਸਲਾਬ ਦੀ ਵਜ੍ਹਾ ਤੋਂ ਮੈਨੂੰ ਪਤਾ ਲੱਗਾ ਵੀ ਇੱਥੇ ਜਿਹੜਾ 1950 ਤੋਂ ਬਾਅਦ ਜਿੰਨੇ ਵੀ ਸਲਾਬ ਆਉਂਦੇ ਉਹ ਬਿਲਡਿੰਗ ਤਾਂ ਫਿਰ ਗਿਰ ਗਈ ਹੋਈ ਹੈ। ਉਹ ਅੱਗੇ ਹੋ ਜਾਏਗਾ ਤੇ ਇਹ ਦੁਕਾਨ ਦਾ ਸਕੂਲ ਲੜਕਿਆਂ ਦਾ ਦਿੱਤਾ ਗਿਆ। ਨਹੀਂ ਠੀਕ ਹੈ, ਮੈਂ ਹਰਬੰਸ ਲਾਲ ਭੱਲਾ ਜੀ, ਇਹ ਟਾਹਲੀ ਕੇ ਦਰਖਤ ਹੈ ਆਪਕੇ ਸਕੂਲ ਮੈਂ, ਆਪਕੇ ਦੌਰ ਮੈਂ ਇਹ ਹੋਤੇ ਹੋਗੇ, ਆਪ ਦੇਖੇ ਇਸ ਕੋ ਪਹਿਚਾਨਨੇ, ਅਗਰ ਯਾਦ ਜ਼ਿਹਨ ਮੈਂ ਆਤਾ ਹੈ। ਵਾਕਈ तो मैं जमसाबाद के स्कूल में हूँ, ब्लॉक तो नए बन गए हैं। बहरा ये पुराना एरिया है जो नया कंस्ट्रक्शन हो गया।
ये तो मेरे ख्याल फिर काफी ऊंची होएगी किसी वक्त। नहीं जमीन है तो तले। मुझे पता है मैं अपना वक्त किस तरह गुजार रहा हूँ। मुझे फोन करनी है, मुझे वहाँ अस्पताल ले जाना, मेरे से पाँव खतरी खड़ी है।
ये दरख्त काफ़ी पुराना है, कम से कम पाकिस्तान बनने से पहले का। हाँ जी, वो तो काट दिया परना परना, वो भी बहुत बड़ा था वो जो खड़ा है। ये तारों की वजह से बंगाल में तो काट दिया। अभी इन तारों की जरूरत ही कोई नहीं है। नहीं नहीं, इनमें बिजली चल रही है, इसी वजह से तो ये दरम्यान में से उन्होंने काट दी, उनके तारों के साथ रख दिया। वो तो ऐसे उठ के ना ऊपर गया हुआ था, उन्होंने फिर काट दिया, उन्होंने कहा कहीं ये ना हो ये गिर जाए ऊपर। इसे भी आप देख सकते हैं, कटाई रात भी दे दो बेटा।